ਪਿਆਰੇ ਦੋਸਤੋ ਥੱਲੇ ਕਰ ਰਹੇ ਯਾਰ ਤੁਸੀਂ ਲਗਵਾ ਲਓ ਕਾਂਗਰਸ ਤੇ ਹਰੇਕ ਵਰਕਰ ਭਾਈ ਸਾਹਿਬ ਇੱਕ ਮਿੰਟ ਸਾਡੇ ਲਈ ਖਾਸ ਤੌਰ ਤੇ ਅੱਜ ਬੜਾ ਖੁਸ਼ਨੁਮਾ ਦਿਨ ਕਿ ਇੱਕ ਬਹੁਤ ਹੀ ਨਾਮਵਰ ਪਰਿਵਾਰ ਮੇਰੇ ਕੰਧੇ ਪੇ ਦੇਖੋ ਕਿਸ ਨੇ ਕੀ ਰੱਖਾ ਹੋਇਆ ਹੈ ਬਹੁਤ ਹੀ ਨੇਕ ਲੜਕੀ ਯਾਰ ਮੈਂ ਕਿਵੇਂ ਜਾਵਾਂ ਜਿਹਨੇ ਪਾਰਟੀਆਂ ਤੋਂ ਉੱਤੇ ਉੱਠ ਕੇ ਨਿਸ਼ਕਾਮ ਸੇਵਾ ਦੇ ਵਿੱਚ ਇੱਕ ਐਨਜੀਓ ਚਲਾ ਕੇ ਹਰ ਪਾਸੇ ਨਾਮ ਕਮਾਇਆ ਹੋਵੇ ਫੁੱਲਾਂ ਦੀ ਖੁਸ਼ਬੂ ਤੇ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਪਰ ਮਨੁੱਖੀ ਗੁਣਾਂ ਦੀ ਖੁਸ਼ਬੂ ਚਾਰੇ ਦਿਸ਼ਾਵਾਂ ਦੇ ਵਿੱਚ ਜਾਂਦੀ ਹੈ ਸੋਨੂ ਸੂਦ ਸਾਹਿਬ ਉਹਨਾਂ ਦਾ ਨਾਮ ਹਿੰਦੁਸਤਾਨ ਚ ਨਹੀਂ ਪਰ ਪੂਰੀ ਦੁਨੀਆਂ ਦੇ ਵਿੱਚ ਨੇਕੀ ਔਰ ਇਨਸਾਨੀਅਤ ਦੇ ਲਈ ਜਾਣਿਆ ਜਾਂਦਾ ਹੈ ਇੱਕ ਐਸੇ ਪਰਿਵਾਰ ਦੀ ਧੀ ਅੱਜ ਕਾਂਗਰਸ ਦੀ ਸਦੱਸਿਆ ਬਣਨ ਜਾ ਰਹੀ ਹੈ ਸਾਡੇ ਪਰਿਵਾਰ ਦਾ ਇੱਕ ਅਹਿਮ ਹਿੱਸਾ ਬਣਨ ਜਾ ਰਹੀ ਹੈ ਮੈਂ ਪੈਰ ਮਗਦਾ ਚੀਫ ਸਾਹਿਬ ਵੱਲੋਂ ਆਪਣੇ ਵੱਲੋਂ ਸਾਡੇ ਹਰ ਇੱਕ ਵਰਕਰ ਵੱਲੋਂ ਠੀਕ ਕਿਉਂਕਿ ਸਾਡੇ ਲਈ ਕ੍ਰਿਕਟ ਦੀ ਦੁਨੀਆ ਦੇ ਵਿੱਚ ਕਹਿੰਦੇ ਹੁੰਦੇ ਗੇਮ ਚੇਂਜਰ ਆਏ ਜੀ ਔਰ ਨਾ ਸਿਰਫ ਆਪਣੀ ਸੀਟ ਦੇ ਉੱਤੇ ਪਰ ਆਲੇ ਦੁਆਲੇ ਵੀ ਇੱਕ ਐਸੀ ਹਵਾ ਕ੍ਰੀਏਟ ਕੀਤੀ ਕਿ ਸਾਰੀ ਦੁਨੀਆ ਦੇ ਵਿੱਚ ਉਹਦਾ ਇਫੈਕਟ ਗਿਆ ਵੇਖੋ ਇਹ ਬੜਾ ਰੇਅਰ ਹੈ ਬੜਾ ਰੇਅਰ ਕਿ ਪਾਰਟੀ ਦਾ ਪ੍ਰਧਾਨ ਔਰ ਚੀਫ ਮਿਨਿਸਟਰ ਦੋਨੋਂ ਜਾ ਕੇ ਕਿਸੇ ਦੇ ਘਰੇ ਜਾ ਕੇ ਉਹਨੂੰ ਸਨਮਾਨ ਦਿੰਦੇ ਇਹੀ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਇੱਜ਼ਤ ਕਮਾਉਣ ਦੇ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਹੈ ਉਹਦੇ ਰੰਗ ਨਿਆਰੇ ਹੁੰਦੇ ਮੈਂ ਫਿਰ ਤੋਂ ਖੈਰ ਮਕਦਮ ਕਰਦਾ ਖਾਸ ਤੌਰ ਦੇ ਉੱਤੇ ਸੋਨੂ ਸੂਦ ਸਾਹਿਬ ਨੂੰ ਵੀ ਵਧਾਈ ਦਿੰਦਾ ਉਹਨਾਂ ਦੇ ਕੰਮ ਜਿਹੜੇ ਨੇ ਮੈਨੂੰ ਉਹਨਾਂ ਬਾਰੇ ਗਿਆਨ ਦੇਣ ਦੀ ਲੋੜ ਨਹੀਂ ਲੇਕਿਨ ਅਗਰ ਤੁਸੀਂ ਇਹ ਵੇਖੋ ਕਿ ਮਾਲਵਿਕਾ ਇੱਕ ਨਿਹਾਇਤ ਹੀ ਪੜ੍ਹੀ ਲਿਖੀ ਕੁੜੀ ਹੈ ਮਾਂ ਬਾਪ ਬਹੁਤ ਹੀ ਨੇਕ ਇਹਦੀ ਪੜ੍ਹਾਈ ਲਿਖਾਈ ਇੱਕ ਸੋਫਟਵੇਅਰ ਇੰਜੀਨੀਅਰ ਹੋਣ ਦੇ ਨਾਤੇ ਇਹਨੂੰ ਬਹੁਤ ਮਦਦ ਕਰੇਗੀ ਅਸੀਂ ਇਹ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਵੀ ਇੱਜ਼ਤ ਮਾਣ ਇਸ ਪਰਿਵਾਰ ਨੂੰ ਦੇ ਸਕੀਏ ਇਹਨਾਂ ਨੂੰ ਦੇ ਕੌਣ ਸਕਦਾ ਹੈ ਇਹਨਾਂ ਦੀ ਤਾਂ ਸੰਗਤ ਹੀ ਇਹੋ ਜਿਹੀ ਹੈ ਜਿਹਦੇ ਨਾਲ ਲੱਗਣਗੇ ਉਹਦੀ ਇੱਜ਼ਤ ਮਾਣ ਸਨਮਾਨ 10 ਗੁਣ ਵਧੂਗਾ ਕੁਰਸੀਆਂ ਕਦੇ ਵੀ ਕਿਸੇ ਨੂੰ chairs don't grace men and women but men and women grace those chairs ਇਹ ਕੁੜੀ ਜਿਸ ਕੁਰਸੀ ਦੇ ਉੱਤੇ ਵੀ ਬੈਠੂਗੀ ਇਹਨੂੰ ਜਿਹੜਾ ਵੀ ਅਹੁਦਾ ਦੇਵਾਂਗੇ ਉਹਨੂੰ ਭਾਗ ਲਾਏਗੀ ਇਹ 200% ਹੈ ਮੈਂ ਇਹਨਾਂ ਹੀ ਸ਼ਬਦਾਂ ਦੇ ਨਾਲ ਫਿਰ ਵੈਲਕਮ ਕਰਦਾ ਸੂਦ ਸਾਹਿਬ ਦਾ ਧੰਨਵਾਦ ਕਰਦਾ ਵੇਖੋ ਬੜੇ ਲੋਕ ਕਹਿੰਦੇ ਸੀ ਜੀ ਫਲਾਨਾ ਜੀ ਧਮਕਾਨਾ ਪਰ ਇਹ ਵੀ ਗੱਲ ਪੱਕੀ ਹੈ ਤੇ ਸਾਰਾ ਕੁਝ ਦੇਖ ਦੱਸ ਕੇ ਉਹਨਾਂ ਨੂੰ ਵੀ ਇਹ ਪਤਾ ਲੱਗ ਗਿਆ ਵੀ ਕਾਂਗਰਸ ਨਾਲੋਂ ਸੋਨਾ ਜਿਵੇਂ 24 ਕੈਰੇਟ ਗੋਲਡ ਹੁੰਦਾ ਨਾ ਖਰੀ ਪਾਰਟੀ ਕੋਈ ਨਹੀਂ ਇਸ ਕਰਕੇ ਉਹਨਾਂ ਦੀ ਚੋਇਸ ਦੇ ਉੱਤੇ ਵੀ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਇਹਨੂੰ ਅਸੀਂ ਆਪਦੇ ਪਰਿਵਾਰ ਦਾ ਬਹੁਤ ਅਹਿਮ ਇੱਜ਼ਤਦਾਰ ਹਿੱਸਾ ਬਣਾ ਕੇ ਰੱਖਾਂਗੇ ਗਹਿਣੇ ਵਾਂਗ ਸਜਾ ਕੇ ਰੱਖਾਂਗੇ ਗੋਡ ਬਲੈਸ ਯੂ ਬੇਟਾ ਵੈਲਕਮ ਔਰ ਮੈਂ ਹੁਣ ਇਹਨੂੰ ਸ਼ਾਮਿਲ ਕਰਦਾ ਹੁਣ ਸੀਐਮ ਸਾਹਿਬ ਕੁਛ ਕਹਿਣ ਹੁਣ ਸੀਐਮ ਸਾਹਿਬ ਕੁਛ ਕਹਿਣ
अरे भाई साहब आपका कैमरा बीच में आ रहा है यार, क्या कर रहे हो? चुप यार चुप। भैया जी आप बीच में ना आओ, बाकी सब ठीक। एक शेर है कि अंधेरों आओ मेरे घर से रोशनी ले लो, अंधेरों आओ मेरे घर से रोशनी ले लो, चिराग बुझने लगेंगे तो दिल जला दो। एक ऐसी सोच का नाम है सोनू सूद, जिन्हें मोगे शहर नू पंजाब नू पूरी दुनिया दे विच रोशन कीता है, अपने हुनर दे नाल एक्टिंग दे विच ते अपने दिल तो लोकां दी सेवा करके उसने एक अपने आप नू चमकदा सितारा दिखाया ते अज दुनिया दे विच उहदा नां है। जदों कोरोना आया तां उन्होंने जहाज चलाते लोकां नू सेवा दे विच, ते जे किते ने रेल नहीं जांदी, जे किते गड्डियां नहीं जांदियां लो जहाज। सो ऐसे परिवार का साढ़े कांग्रेस पार्टी के शामिल होना ये कांग्रेस पार्टी वास्ते और पंजाब वास्ते शुभ शगन है। राजनीति भी एक सेवा है, इस सेवा भावना के नाल कीता जाए तो सेवा भावना के नाल अगे साड़ी भैन बढ़ के आई है मालविका। मैं पूरा विश्वास है यदि लियाकत यदि अपनी सोच और यदि पढ़ाई ये जज्बे नाल के आने वाले पांच साल देखोगे दो एक लोग कहे करेंगे भी सोनू सूद मालविका का भैन भाई है। yes. इस तरह का यह काम करके दिखाएगी। साडे प्रधान जी ने वेलकम किया पार्टी के, मैं भी इन्हों के नाल मिलकर वेलकम करदा परिवार का, तो मैं बड़ी खुशी है कि एक बहुत ही अच्छा समाज सेवी परिवार, क्योंकि समाज सेविया की ज्यादा जरूरत है, जेडे देन जानते हैं, जेडे दिंदे है समाज नू, जेड़ा अपना दिल वढ़ के भी देंदे है, जेड़ा अपना रोजगार चो भी कढ़ के देंदे है। सो अजिहे परिवार का कांग्रेस दे विच आउणा बहुत बहुत शुभ शगन है। तो मैं उम्मीद है कि आने वाले समय च ये मोगे की वड्डी सेवा कर जा रही है। सर विधानसभा चुनाव होने के सीट तो लेके सर मोगा सीट होने के सर मोगा सीट होने के की मार करी मोगा सीट ते होना है जो कुछ दस मालविका सूद सर मोगा सर चन्नी सर मैडम एक मिनट सर चन्नी सर मोगा तो विधायक मौजूदा विधायक सी कांग्रेस की उन्होंने टिकट कट्टी जा रही है, उन्होंने बारे सर क्यों कट्टी जा रही है तुम दसो सर। मोगा हरजोत कमल जी साडे विधायक है, बहुत ही होनहार नौजवान है, मेरे भरा है, ते असी इकट्ठे पार्टी दे विच ते सरकार दे विच काम कीता है, उन्होंने असी नाल लेके चलांगे। कितने एडजस्टमेंट की जरूरत पी तो उन्होंने कितने एडजस्टमेंट की जाएगी, लेकिन वो साड़ी पार्टी की एसेट है, असं उन्होंने भी नाल पार्टी के सारे नाल लेके चलिया जाता। हाँ एक बार कद निराशा आ जाती है, कोई नाराजगी होगी तो बैठ के असीं सैटल करांगे। मैं हुण भी आउण लगे टेलीफोन कीता सी उन्हां दे घर जाण लई, लेकिन इधर पहला आना पै गया, हुण मैं जाके उन्हां नूं मिलां। सर जिथे महिलावां नूं अगे लियाउण दी कोशिश कीती जा रही है, एमएलए साहब कह रहे हैं कि रात 12 बजे मालवा तक यार यार महिलावां अजकल नारी शक्ति दी गल आ। देखो साडी भैणे एमएलए साहब कह रहे हैं, छोटे एमएलए साहब लाइव होके कह रहे हैं बहुत शक्तिवान हो चुकी है सर, तो पार्टी साहब रात को लाइव होकर कह रहे हैं कि मालविका जी राजनीति कितने जाया करेगी। मैं कहना जी कोई माड़ा मोटा भी गुंडा गर्दी करा दी कहना थाट दे विच पेड़ मारेगी, अद्धी रात नूं जिथे मर्जी बुला लियो, ये बिल्कुल कमजोर नहीं है, ये मोगे दी कुड़ी है, पंजाब दी कुड़ी है, पंजाब दी कुड़ी है, उन्होंने कहना है कि कोई रीस नहीं है दुनिया दे विच, ये पंजाब दी कुड़ियां डर लग गया तां श्री चरणजीत सिंह चन्नी जी ना धन्यवाद करना चाहूंगी और
ਮੇਰੇ ਰਿਸਪੈਕਟਡ ਨਵਜੋਤ ਸਿੰਘ ਸਿੱਧੂ ਜੀ ਅੱਜ ਆਏ ਸਾਡੇ ਘਰੇ, ਉਹਨਾਂ ਨੇ ਆਪਣੇ ਚਰਨ ਪਾਏ, ਮੇਰੇ ਲਈ ਬਹੁਤ ਹੀ ਔਨਰਡ ਮੈਂ ਫੀਲ ਕਰ ਰਹੀ ਹਾਂ ਕਿ ਉਹਨਾਂ ਲਈ ਮੇਰੇ ਲਈ ਟਾਈਮ ਕੱਢਿਆ। ਔਰ ਮੈਂ ਇਹ ਕਹਿਣਾ ਚਾਹੂੰਗੀ ਕਿ ਕਾਂਗਰਸ ਪਾਰਟੀ ਜਿਹੜੀ ਹੈ ਸਭ ਤੋਂ ਪੁਰਾਣੀ ਪਾਰਟੀ ਹੈ। ਜਿੰਨੇ ਵੀ ਲੋਕ ਬੈਠੇ ਮੱਲਾ ਦਾ, ਜਦੋਂ ਉਹਨਾਂ ਨੇ ਪਹਿਲੀ ਵਾਰੀ ਵੋਟ ਪਾਈ ਸੀ ਤਾਂ ਕਾਂਗਰਸ ਪਾਰਟੀ ਨੂੰ ਹੀ ਪਾਈ ਸੀ, ਤੇ ਅੱਜ ਵੀ ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ ਆਪਾਂ ਸਾਰੇ ਕਾਂਗਰਸ ਪਾਰਟੀ ਦੇ, ਔਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੀ ਕਾਂਗਰਸ ਪਾਰਟੀ ਨੂੰ ਉੱਪਰ ਲੈ ਕੇ ਜਾਣਾ। ਤੁਹਾਡੇ ਸਾਹਮਣੇ ਇੰਨੀ ਵੱਡੀ ਐਗਜ਼ਾਮਪਲ ਜਦੋਂ ਬੈਠੀ ਹੈ, ਤੁਸੀਂ ਦੇਖੋ ਜੇ ਆਪਾਂ ਗੱਲ ਕਰੀਏ 100 ਦਿਨਾਂ ਦੇ ਵਿੱਚ ਚੰਨੀ ਜੀ ਨੇ ਉਹ ਕਮਾਲ ਕਰਤਾ ਹੈ ਕਿ ਲੋਕ ਦੇ ਹਰ ਕਿਸੇ ਦੇ ਮੂੰਹ ਤੇ ਨਾਮ ਹੈਗਾ ਜੀ ਚੰਨੀ ਜੀ ਚੰਨੀ ਜੀ, ਆਮ ਇਨਸਾਨ ਦੇ ਨਾਲ ਕਿਵੇਂ ਮਿਲੇ ਹੈ। ਸਿੱਧੂ ਜੀ ਦੀ ਦੇਖੋ ਕਿੰਨਾ ਉਹਨਾਂ ਚ ਜ਼ੀਲ ਹੈਗਾ ਵਾ, ਹਮੇਸ਼ਾ ਉਹ ਹੁੰਦਾ ਕਿ ਮੈਂ ਕੁਛ ਨਾ ਕੁਛ ਕਰਾਂ। ਤੁਸੀਂ ਸਾਰੇ ਮੈਨੂੰ ਜਾਣਦੇ ਹੋ, ਮੈਂ ਮੋਗੇ ਦੀ ਧੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੂੰਗੀ। ਜਦ ਮੈਂ 10ਵੀਂ ਕਲਾਸ ਸੀਗੀ, ਮੇਰੇ ਫਾਦਰ ਉਦੋਂ ਬਿਮਾਰ ਹੋ ਗਏ ਸੀ, ਮੈਂ ਰਾਤ ਦੇ 1 ਵਜੇ ਸਾਈਕਲ ਚੱਕ ਕੇ ਪੱਟੀ ਵਾਲੀ ਗਲੀ ਦੇ ਵਿੱਚ ਆਪਣੇ ਫਾਦਰ ਦੇ ਫਰੈਂਡ ਨੂੰ ਬੁਲਾ ਕੇ ਲੈ ਕੇ ਆਈ ਸੀ ਕਿ ਅੰਕਲ ਤੁਸੀਂ ਘਰੇ ਹੋ, ਪਾਪਾ ਠੀਕ ਨਹੀਂ। ਉਦੋਂ ਮੈਂ ਇਕੱਲੀ ਗਈ ਸੀ, ਇਹ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ। ਤੇ ਹੁਣ ਤਾਂ ਉਮਰ ਬਹੁਤ ਹੋ ਗਈ ਹੈ, ਹੁਣ ਤੁਸੀਂ 12ਵੀਂ ਤਾਂ ਛੱਡੋ, 3 ਵਜੇ ਹੀ ਬੁਲਾਵਾਂਗੇ ਤਾਂ ਵੀ ਮਾਲਵਿਕਾ ਹਾਜ਼ਰ ਹੈ।